ਮੈਂ ਆ ਸਬਜ਼ੀ ਬਣਾਈ ਹੈ ਮੇਰਾ ਨਾਮ ਸੰਦੀਪ ਕੌਰ ਜੀ ਜੀ ਸਵੇਰੇ ਸਬਜ਼ੀ ਲੈ ਕੇ ਆਏ ਤੇ ਮੇਰੇ ਹਸਬੈਂਡ ਡਿਊਟੀ ਤੇ ਜਾਣਾ ਸੀ ਜੀ ਉਹਨਾਂ ਨੇ ਕਲਾਰਾਂ ਡਿਊਟੀਆਂ ਲੈਣ ਮੈਨ ਨੇ ਜਦ ਇਹ ਸਬਜ਼ੀ ਬਣਾਈ ਅਸੀਂ ਨੇ ਜਦ ਉਹਨਾਂ ਨੇ ਮੈਂ ਬਣਾਤੀ ਦੁੱਧ ਪਾ ਕੇ ਸਬਜ਼ੀ ਅਸੀਂ ਦੁੱਧ ਪਾ ਕੇ ਬਣਾਉਂਦੇ ਹਾਂ ਜਦ ਅਸੀਂ ਸਬਜ਼ੀ ਬਣਾਈ ਉਹਦੇ ਵਿੱਚ ਜਦ ਉਹਨਾਂ ਨੇ ਇੱਕ ਬੁਰਕੀ ਲਗਾਈ ਜਮੀ ਜ਼ਹਿਰ ਦੂਜੀ ਲਗਾਈ ਜ਼ਹਿਰ ਕਹਿੰਦਾ ਕੀ ਗੱਲ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਹੋਰ ਨਾ ਖਾਓ ਪਹਿਲਾਂ ਮੈਨੂੰ ਟੈਸਟ ਕਰਨ ਦਿਉ ਜਦ ਮੈਂ ਆਪ ਟੈਸਟ ਕੀਤੀ ਇਸ ਤੋਂ ਬਾਅਦ ਉਦੋਂ ਵੀ ਜ਼ਿਆਦਾ ਜ਼ਹਿਰ ਹੋਈ ਪਈ ਆ ਆਹ ਕੁਦਰਤੀ ਤਿੰਨ ਫਾੜੀਆਂ ਰਹੀਆਂ ਹੋਈਆਂ ਨੇ ਵਿੱਚ ਜਦ ਮੈਂ ਧੋਈ ਇਹ ਜਦ ਕੁਦਰਤੀ ਤਿੰਨ ਫਾੜੀ ਇਹਦੇ ਵਿੱਚੋਂ ਇੱਕ ਫਾੜੀ ਮੈਂ ਫੇਰ ਦੁਬਾਰਾ ਟੈਸਟ ਕੀਤੀ ਹੈ ਮੈਂ ਦੇਖਾਂ ਵੀ ਕੋਈ ਕਿਸੇ ਚੀਜ਼ 'ਚ ਹੋਰ ਤਾਂ ਨਹੀਂ ਵੀ ਕੋਈ ਜ਼ਹਿਰ ਹੋਵੇ ਇਹਦੇ ਵਿੱਚ ਆ ਬਾਕੀ ਜ਼ਹਿਰ ਬਣੀ ਪਈ ਆ ਸਬਜ਼ੀ ਜੇ ਖਾਵਾਂਗੇ ਜੀ ਅਸੀਂ ਉਹਨਾਂ ਨੂੰ ਉਲਟੀ ਆ ਜਾਂਦੀ ਵੱਤ ਲੈਂਦੇ ਲੈਂਦੇ ਉਹ ਡਿਊਟੀ 'ਤੇ ਗਏ ਨੇ ਉਸ ਤੋਂ ਬਾਅਦ ਮੈਂ ਪਨੀਰ ਦੀ ਸਬਜ਼ੀ ਬਣਾਈ ਆ ਆਹ ਪਈ ਆ ਉਹ ਵੀ ਇਹ ਕੱਦੂ ਗਾਂਧੀ ਗਰਾਊਂਡ 'ਚੋਂ ਜਿੱਥੇ ਜਲੇਬੀ ਵਾਲੀ ਦੁਕਾਨ ਵੱਡੀ ਦੁਕਾਨ ਆ ਜੀ ਉੱਥੇ ਦੁਕਾਨ ਤੋਂ ਲੈਤੀ ਆ ਵੀ ਮੂਹਰੇ ਜਲੇਬੀਆਂ ਬਣਦੇ ਨੇ ਉਹਦੇ ਨਾਲ ਦੁਕਾਨ ਆ ਜੀ ਜਿੱਥੋਂ ਇਹ ਲੈ ਕੇ ਨੇ 60 ਰੁਪਏ ਕਿਲੋ ਕੱਦੂ ਲੈ ਕੇ ਆਏ ਨੇ ਅੱਲਾਂ ਸੀ ਜੀ ਇਹਨੇ ਜ਼ਹਿਰ ਖਵਾ ਰਹੇ ਨੇ ਸਾਨੂੰ ਸਾਡਾ ਕੀ ਬਣੂਗਾ ਲੋਕਾਂ ਦਾ ਜੇ ਅਸੀਂ ਜ਼ਹਿਰ ਖਾ ਰਹੇ ਹਾਂ ਅਸੀਂ ਕਿਹੜਾ ਕੋਈ ਫਰੀ ਦੀ ਖਾ ਰਹੇ ਹਾਂ ਅਸੀਂ ਦੁਕਾਨ ਤੋਂ ਸਬਜ਼ੀ ਲੈ ਕੇ ਆਏ ਜੀ ਬਹੁਤ ਜ਼ਿਆਦਾ ਜ਼ਹਿਰ ਆ ਕੀ ਹੋ ਸਕਦਾ ਕਿਸੇ ਨੇ ਟੀਕੇ ਲਾ ਰੱਖੇ ਹੋਏ ਹਾਂਜੀ ਹਾਂਜੀ ਜ਼ਹਿਰ ਦੇ ਟੀਕੇ ਲਗਾਏ ਹੋਏ ਨੇ ਇਹ ਕੀ ਪਤਾ ਦੁਕਾਨ ਵਾਲੇ ਨੇ ਲਗਾਏ ਨੇ ਜਾਂ ਉਹ ਬਾਹਰੋਂ ਆਏ ਨੇ ਲੱਗ ਕੇ ਇਹ ਸਾਨੂੰ ਕੁਛ ਨਹੀਂ ਪਤਾ ਜੀ ਪਰ ਇਹ ਪੂਰੀ ਜ਼ਹਿਰ ਆ ਸਬਜ਼ੀ ਖਾਣ ਅੱਜ ਕੱਲ੍ਹ ਜਿਹੜੀ ਸਬਜ਼ੀਆਂ ਆ ਰਹੀਆਂ ਹੈ ਇੱਕ ਤਾਂ ਪਾਣੀ ਜੇ ਪ੍ਰੋਪਰ ਨਹੀਂ ਹੈ ਤਾਂ ਅੱਜ ਕੱਲ੍ਹ ਨਾ ਡਾਇਰੀਆ ਦੇ ਕਾਫੀ ਕੇਸਿਸ ਆ ਰਹੇ ਹੈਗੇ ਜਿਸ ਕਰਕੇ ਪੇਟ ਦੀ ਬਿਮਾਰੀਆਂ ਬੜੀ ਵੱਧ ਰਹੀ ਹੈਗੀਆਂ ਉਲਟੀਆਂ ਵਗੈਰਾ ਹੈ ਟੱਟੀਆਂ ਵਗੈਰਾ ਹੈਗਾ ਬੁਖਾਰ ਦੇ ਕੇਸਿਸ ਕਾਫੀ ਆ ਰਹੇ ਹਨ ਅਤੇ ਜ਼ਿਆਦਾ ਆਪਾਂ ਨੂੰ ਕੈਮੀਕਲ ਫਰਟੀਲਾਈਜ਼ਰ ਦੀ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਨਾਲ ਕੈਂਸਰ ਦਾ ਵੀ ਰਿਸਕ ਵੱਧ ਜਾਂਦਾ ਹੈ ਕਸਟਮਰ ਤੋਂ ਬਾਜ਼ਾਰ ਤੇ ਲਿਓ ਦੇਖੋ ਦੁਕਾਨ ਤੇ ਤੁਸੀਂ ਵੀ ਹੋਗੇ ਮੈਂ ਵੀ ਬਾਜ਼ਾਰ ਤੇ ਲਿਓ ਤਾਂ ਆਪਾਂ ਨੂੰ ਔਰਗੈਨਿਕ ਜਿਹੜੀ ਹੈਗੀਆਂ ਸਬਜ਼ੀਆਂ ਉਹਨਾਂ ਦੀ ਵਰਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਉਹ ਅਵੇਲੇਬਲ ਹੋਣ ਤਾਂ ਉਹ ਯੂਜ਼ ਕਰਨੀ ਚਾਹੀਦੀ ਹੈਗੀ ਹੈ ਜੇ ਮਿਲ ਜਾਣ ਆਪਾਂ ਨੂੰ ਤਾਂ ਅਤੇ ਇਹ ਜਿਹੜੀ ਇਸ ਤਰ੍ਹਾਂ ਜ਼ਹਿਰੀਲੀ ਮਤਲਬ ਸਬਜ਼ੀ ਬਣੀ ਹੈ ਕਿੰਨੇ ਖਤਰਨਾਕ ਪਰਿਵਾਰ ਖਾਂਦਾ ਕਿੰਨਾ ਨੁਕਸਾਨ ਕਰ ਸਕਦਾ ਫੂਡ ਪੋਇਜ਼ਨਿੰਗ ਹੋ ਸਕਦੀ ਹੈਗੀਆਂ ਉਸ ਕਰਕੇ ਹੈਜਾ ਡਾਇਰੀਆ ਵਗੈਰਾ ਬੀ ਪੀ ਫਾਲ ਇਹ ਚੀਜ਼ਾਂ ਦੀ ਪ੍ਰੋਬਲਮ ਆ ਸਕਦੀ ਹੈਗੀ ਇਹਨਾਂ ਦੇ ਨਾਲ ਠੀਕ ਓਕੇ